ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਵਰਗੀ ਚੌਧਰੀ ਭਗਤ ਰਾਮ ਜੀ। ਚੌਧਰੀ ਭਗਤ ਰਾਮ ਜੀ ਬਹੁਤ ਹੀ ਚੰਗੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ। ਹਰ ਇੱਕ ਗਰੀਬ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਚੌਧਰੀ ਭਗਤ ਰਾਮ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ 8 ਸਤੰਬਰ ਦਿਨ ਐਤਵਾਰ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪਿੰਡ ਚਾਦਰਪੁਰ ਰੁੜਕੀ ਤਹਿਸੀਲ ਬਲਾਚੌਰ ਵਿਖੇ ਪਾਏ ਗਏ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਚੌਧਰੀ ਭਗਤ ਰਾਮ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਚਰਨਜੀਤ ਮਿੱਲੂ, ਸੁਰਿੰਦਰ ਮਿੱਲੂ ਸਪੁੱਤਰ ਅਤੇ ਸਮੂਹ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਜਨਾਬ ਦੇ ਨਵੇਂ ਜਨਾਬ ਦੇ ਸਮੂਹ ਪਰਿਵਾਰ ਤੋਂ ਜਨਾਬ ਦੀ
ਸ਼ਾਂਤੀ ਦੇ ਵਾਸਤੇ ਆਪ ਜੀ ਦਾ ਆਸਰਾ ਲੈਂਦੇ ਹੋਏ ਆ ਅੰਮ੍ਰਿਤ ਵੇਲੇ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਨੇ ਜਾਤ ਪਾਵਨ ਸਥਾਨ ਕੇ ਪ੍ਰਗਟ ਕਰਵਾਏ ਸਭ ਦੀ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਜੋ ਨਿਰਵਾਹ ਕਰਨ ਲਈ
ਕੰਮ ਕਰਨਾ ਸੀ ਕਿਰਤ ਕਰਨ ਦੇ ਵਜੋਂ ਉਹਨਾਂ ਨੇ ਇਸ ਮਹਿਕਮੇ ਦੇ ਵਿੱਚ ਜਿਹੜਾ ਅੱਜ ਸਮਝਿਆ ਜਾਂਦਾ ਕਿ ਅੱਜ ਕੁਤਾਹੀ ਬਹੁਤ ਸਾਰੀ ਸਾਰੇ ਮਹਿਕਮਿਆਂ ਦੇ ਵਿੱਚ ਆ, ਲੇਕਿਨ ਇਸ ਮਹਿਕਮੇ ਦੇ ਵਿੱਚ ਆਪਣੇ ਆਪ ਨੂੰ ਇੱਕ ਸਾਫ਼ ਸੁਥਰਾ ਰੱਖਣਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ। ਆਖਰੀ ਰਸਮਾਂ ਹੋ ਗਈਆਂ, ਪਿਛਲੇ ਇਕੱਠੇ ਹੋਈਆਂ, ਸਾਡੇ ਡਿਪਾਰਟਮੈਂਟ ਰਹੇ ਮੰਤਰੀ ਚਰਨਜੀਤ ਹੋਣੀ ਵੀ ਸਾਡੇ ਨਾਲ ਬਹੁਤ ਪਹਿਲਾਂ ਤੋਂ ਪੜ੍ਹਨ ਵੇਲੇ ਤੋਂ ਲੈ ਕੇ ਸਾਡੇ ਨਾਲ ਅਸੀਂ ਉਹਨਾਂ ਨਾਲ ਜੁੜੇ ਰਹੇ। ਬਾਬੂ ਜੀ ਨੇ ਸਾਡੇ ਮਹਿਕਮੇ 'ਚ ਰਹੇ, ਅਸੀਂ ਜਿੱਥੇ ਵੀ ਕਿਤੇ ਰਹੇ, ਜਿੱਥੇ ਵੀ ਉਹ ਕਿਤੇ ਪਹਿਲਾਂ ਰਹੇ, ਜਿਹੜੇ ਜਿਹੜੇ ਜ਼ਿਲ੍ਹਿਆਂ 'ਚ ਅਸੀਂ ਉਹਨਾਂ ਦੇ ਜਿਹੜੇ ਕੰਮ ਉਹਨਾਂ ਨੇ, ਬਾਕੀ ਉਹਨਾਂ ਦਾ ਪਰਿਵਾਰ, ਮੇਰੇ ਤੋਂ ਪਹਿਲਾਂ ਸਾਰੇ ਜਿੰਨੇ ਵੀ ਲੀਡਰ ਸਾਹਿਬਾਨ ਸਮਾਜ ਦੇ ਵਿਅਕਤੀ ਜਿਨ੍ਹਾਂ ਨੇ ਵੀ ਆਪਣੇ ਉਹਨਾਂ ਦੇ ਨਾਲ ਜੋ ਵੀ ਪੱਤ ਆਏ ਉਹਨਾਂ ਦੇ ਬਾਰੇ ਜੋ ਵੀ ਦੱਸਿਆ ਮੇਰੇ ਤੋਂ ਕਿੰਨੇ ਵੱਲ ਸਿਆਣਾ।
ਸ਼ਬਦ ਸਤਿ ਭਗਤਾ ਸਤ 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 ਜਸ ਸੁਣਤਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਹੋਏ ਸਤ ਸਰੂਪ ਦਾ ਜਿਨ ਜਨ ਮਾਨਿਆ ਕਰਨ ਕਰਾਵਨ ਕਰਨ ਕਰਾਵਨ ਤਿਨ ਪੂਰ ਪਛਾਨਿਆ ਜਾ ਕਰ ਤੈ ਵਿਸ਼ਵਾਸ ਪ੍ਰਭ ਆਇਆ ਤਤ ਕੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਕਉ ਪ੍ਰਭ ਪਲਨ ਹਰਾ ਸੇਵਕੀ ਰਖ ਨਿਰੰਕਾਰ ਸੋ ਸੇਵਕ ਜਿਸ ਦੇ ਅਪਰੁ ਧਾਰ ਨਾਨਕ ਸੋ ਸੇਵਕ ਸਾਧ ਸਾਧ ਸਮਰੇ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕੀ ਸਰ ਪਰ ਰੱਖੈ ਆਪਣੇ ਦਾਸ ਕੋ ਦੇ ਉਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ
माया बदलाई
ਬਿਨ ਰਾਮ ਲਿਬਲਾਈ ਸੋ ਵੱਡਾ ਭਜਨ ਨਾਹੀ ਛੁਟਕਾਰਾ।
ਲਾਗੀ ਕਹਿੰਦੇ ਜਿਹਦੇ ਨਾਲ ਪਿਆਰ ਦੀਆਂ ਗੱਲਾਂ ਕਰਦਾ ਹੈ, ਸਨੇਹ ਕਰਦਾ ਹੈ, ਬਚਦਾ ਨਹੀਂ। ਕਹਿੰਦੇ ਜਦੋਂ ਇਹ ਹੰਸ ਰੂਪੀ ਪ੍ਰਾਣ ਜਦੋਂ ਨਿਕਲਦੇ ਨੇ ਨਾ, ਕਹਿੰਦੇ ਉਹੀ ਘਰ ਵਾਲੀ ਹੁੰਦੀ ਹੈ ਜਿਹੜੀ ਕਹਿੰਦੀ ਹੈ ਭਾਈ ਬੱਚੇ ਡਰਦੇ ਨੇ, ਹੁਣ ਇਹ ਸਰੀਰ ਦਾ ਸੰਸਕਾਰ ਕਰਾ ਦੇ। ਕਹਿੰਦੇ ਪਰ ਹਰੀ ਤੋਂ ਬਿਨਾਂ, ਉਸ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇਰੇ ਕੋਈ ਕੰਮ ਨਹੀਂ ਆਉਣਾ। ਇਸ ਕਰਕੇ ਪਿਆਰਿਓ ਹਰ ਜਗ੍ਹਾ ਤੇ ਗੁਰੂ ਜੀ ਨੇ ਬੰਦੇ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਹਿੰਦੇ ਭਾਈ ਗੱਲ ਸਮਝ, ਸਮਾਂ ਥੋੜਾ ਹੈ, ਸਮਾਂ ਥੋੜਾ ਹੈ ਜ਼ਿੰਦਗੀ ਦਾ, ਔਤ ਘਟ ਹੈ, ਦਿਨ ਸਰੋ ਰਹਿਣ ਨਾਲੇ ਮਨ ਗੁਰਮਿਲ ਕਾਜ ਸਵਾਰੇ। ਕਹਿੰਦੇ ਔਤ ਘਟਦੀ ਜਾਂਦੀ ਹੈ ਜਿਵੇਂ ਘੜੇ ਵਿੱਚੋਂ ਬੂੰਦ ਬੂੰਦ ਕਰਕੇ ਕੱਚੇ ਘੜੇ ਵਿੱਚੋਂ ਪਾਣੀ ਰਿਸਦਾ ਹੈ ਇਹਨਾਂ ਦੀ। ਕਹਿੰਦੇ ਇੱਕ ਇੱਕ ਸਵਾਸ ਮੇਰੇ ਵਿੱਚੋਂ ਇਹ ਪ੍ਰਾਣਾ ਪੂਰੀ ਸਵਾਸ ਜਾ ਰਿਹਾ ਹੈ। ਔਤ ਘਟਦੀ ਜਾਂਦੀ ਹੈ ਮਾਏ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਕਹਿੰਦੇ ਜਦੋਂ ਵੀ ਚਿੱਠੀ ਆਉਂਦੀ ਇਹਨਾਂ ਦੀ, ਫਿਰ ਕੋਈ ਤਾਕਤ ਨਹੀਂ ਜਿਹੜੀ ਸੰਸਾਰ ਅੰਦਰ ਬੰਦੇ ਨੂੰ ਬਚਾ ਲਵੇ। ਇੱਕ ਵੀ ਸਵਾਸ ਦੁਆਰਾ ਬੰਦੇ ਦੇ ਸਰੀਰ ਵਿੱਚ ਪ੍ਰਵੇਸ਼ ਨਹੀਂ ਕੀਤਾ ਜਾ ਸਕਦਾ। ਕਰੋੜਾਂ ਰੁਪਏ ਵਾਲੇ ਬੰਦੇ ਬੈਠੇ ਨੇ ਕਿ ਜਿਹਨਾਂ ਕੋਲ ਪੈਸੇ ਦਾ ਪਤਾ ਕੋਈ ਨਹੀਂ ਕਿੰਨਾ ਕੋਈ। ਪਰ ਕਬੀਰ ਸਾਹਿਬ ਬਚਨ ਕਰਦੇ ਨੇ, ਕਬੀਰ ਬੈਦ ਹੈ ਹੌਮੀ ਭਲਾ, ਦਾਰੂ ਮਿਲੇ ਬਸ ਇਹ ਤੋਂ ਬਸ ਗੁਰਪਾਲ ਕੀ ਜਦ ਭਾਵੇ ਲੈ ਹੱਸ। ਕਹਿੰਦੇ ਜੇ ਡਾਕਟਰ ਨੂੰ ਇਹ ਗੱਲ ਕਹੀ ਜਾਵੇ ਕਿ ਮੈਂ ਇਸ ਬੰਦੇ ਦੇ ਉੱਤੋਂ ਤੋਂ ਪੈਸਾ ਬੋਲ ਦਿਆਂਗਾ, ਪਰ ਬੰਦਾ ਬਚਣਾ ਚਾਹੀਦਾ ਹੈ। ਤੇ ਭਗਤ ਕਬੀਰ ਜੀ ਉਹਨਾਂ ਲਈ ਬਚਨ ਕਰਦੇ ਨੇ, ਕਹਿੰਦੇ ਭਾਈ ਵੈਦ ਇਲਾਜ ਕਰ ਸਕਦਾ ਹੈ, ਦਵਾਈ ਦੇ ਸਕਦਾ ਹੈ, ਉਪਚਾਰ ਕਰ ਸਕਦਾ ਹੈ, ਪਰ ਜੇ ਵੈਦ ਨੂੰ ਕਹੋ ਕਿ ਇਹਦੀ ਜਾਨ ਬਚਾ ਲੈ, ਕਹਿੰਦੇ ਨਹੀਂ, ਇਹ ਤਾਂ ਬਸਤ ਗੋਪਾਲ ਕੀ। ਕਹਿੰਦੇ ਜਿਹੜੀ ਵਿੱਚ ਵਸਤੂ ਹੈ ਨਾ, ਜਿਹਦੇ ਨਾਲ ਦੌੜਿਆ ਫਿਰਦਾ ਹੈ, ਕਹਿੰਦੇ ਉਹ ਪਰਮੇਸ਼ਰ ਦੀ। ਜਦੋਂ ਉਹਦਾ ਸੱਦਾ ਆ ਜਾਣਾ ਇਹਨਾਂ ਜੀ, ਕੋਈ ਐਸੀ ਤਾਕਤ ਨਹੀਂ ਜਿਹੜੀ ਫਿਰ ਬੰਦੇ ਨੂੰ ਬਚਾ ਲਵੇ, ਭਾਵੇਂ ਜਿੱਥੇ ਮਰਜ਼ੀ ਬੰਦਾ ਲੈ ਜਾਵੇ ਜੀ। ਤੇ ਪਿਆਰਿਓ ਇਸ ਕਰਕੇ ਯਤਨ ਕਰੀਏ ਕਿ ਗੁਰੂ ਜੀ ਦੇ ਬਚਨਾਂ ਪੜ੍ਹ ਕੇ ਸੁਣ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਸਮਝ ਲੈ ਕੇ ਗੁਰੂ ਜੀਆਂ ਤੋਂ ਆਪਣੇ ਜੀਵਨ ਜ਼ਿੰਦਗੀ ਨੂੰ ਜੀਏ। ਤੇ ਮੈਂ ਸਵੇਰੇ ਭਾਈ ਸਾਹਿਬ ਜੀ ਨਾਲ ਗੱਲ ਕਰਦਾ ਸੀ ਕਿ ਬਜ਼ੁਰਗਾਂ ਦੀ ਫੋਟੋ ਦੇ ਉੱਪਰ ਡੇਟ ਲਿਖੀ ਹੋਈ, ਮੈਂ ਡੇਟ ਦੇਖ ਕੇ ਬੜਾ ਹੈਰਾਨ ਹੋਇਆ। ਮੈਂ ਕਿਹਾ ਜੀ ਕਿੰਨੀ ਉਮਰ ਹੋ ਗਈ ਹੋਣੀ ਹੈ, ਕਹਿੰਦੇ 90 ਸਾਲ। 90 ਸਾਲ ਦੀ ਉਮਰ ਸੀ ਜੀ। ਪਰ ਪਿਆਰਿਓ ਅੱਜ ਜਦੋਂ ਮੈਂ ਆਪਣੇ ਸਮਾਜ ਵੱਲ ਨਿਗਾਹ ਮਾਰਦਾ ਜੀ, ਤੇ ਬੜੀ ਘਾਟ ਮਹਿਸੂਸ ਹੁੰਦੀ ਹੈ ਕਿ ਅੱਜ 90 ਸਾਲ ਤੱਕ ਨਵੀਂ ਪੀੜ੍ਹੀ ਕੋਈ ਨਹੀਂ ਜਾਣੀ। ਕੋਈ ਵੀ ਬੰਦਾ ਨੌਜਵਾਨ ਜਿਹੜਾ
ਅੱਜ ਤੋਂ 15 ਜੋਤੀ ਜੋਤ ਜੋਤੀ ਪੁੱਛਦੇ ਨੇ ਕਹਿੰਦੇ ਬਾਬਾ ਜੀ ਅਸੀਂ ਤੁਹਾਨੂੰ ਮਿਲਣ ਆਏ ਹਾਂ ਤੇ ਬਾਬਾ ਬੁੱਢਾ ਜੀ ਬੈਠ ਕੇ ਸਤਿਗੁਰੂ ਦੀਆਂ ਦੇ ਚਰਨ ਪਕੜੇ ਤੇ ਫਿਰ ਲੰਮੇ ਪੈ ਗਏ। ਇਤਿਹਾਸ ਲਿਖਦਾ ਹੈ ਜੀ ਕਿ ਛੇਵੇਂ ਪਾਤਸ਼ਾਹ ਜੀ ਪੁੱਛਦੇ ਨੇ ਕਹਿੰਦੇ ਬਾਬਾ ਬੁੱਢਾ ਜੀ ਦੱਸੋ ਤੁਹਾਡੀ ਕੋਈ ਆਖਰੀ ਖੁਆਇਸ਼ ਹੋਵੇ। ਕਹਿੰਦੇ ਕੋਈ ਖੁਆਇਸ਼ ਨਹੀਂ, ਕਿਰਪਾ ਕਰੋ 113 ਸਾਲਾਂ ਦੇ ਵਿੱਚ ਸਿੱਖੀ ਕਮਾਉਂਦਿਆਂ ਮੇਰੇ ਕੋਲੋਂ ਜਿਹੜੀ ਵੀ ਕੋਈ ਭੁੱਲ ਹੋਈ ਹੈ ਨਾ ਉਹਦੀ ਮੈਨੂੰ ਮਾਫ਼ੀ ਦੇ ਦਿਓ। 113 ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਖਾਮੀਆਂ ਕੀਤੀਆਂ। ਬੈਰਾਗ ਦੇ ਨਾਲ ਕਹਿੰਦੇ ਆਵਾਜ਼ ਮਾਰੀ ਕਹਿੰਦੇ ਜੇ ਕੁਝ ਦੇਣਾ ਚਾਹੁੰਦੇ ਹੋ ਨਾ ਤੇ ਕਿਰਪਾ ਕਰੋ ਜਿਵੇਂ ਗੁਰੂ ਨਾਨਕ ਦੇ ਜਾਮੇ ਵਿੱਚ ਮੈਨੂੰ ਆਵਾਜ਼ ਮਾਰਦੇ ਸਨ ਕਹਿੰਦੇ ਇੱਕ ਵਾਰ ਉਮੇ ਵਾਰ ਮਾਰ ਦਿਓ। ਕਹਿੰਦੇ ਇੱਕ ਵਾਰ ਉਮੇ ਵਾਰ ਮਾਰ ਦਿਓ ਜਿਵੇਂ ਗੁਰੂ ਨਾਨਕ ਦੇ ਜਾਮੇ ਵਿੱਚ ਆਵਾਜ਼ ਮਾਰਦੇ ਸਾਂ। ਇੱਕ ਵਾਰ ਕਹਿ ਦਿਓ ਕਿ ਜਾ ਹੁੰਦਿਆ ਤੈਨੂੰ ਬਚਿਆ ਕਹਿੰਦੇ ਫਿਰ ਮੇਰਾ ਜੀਵਨ ਸਫਲਾ ਹੋਣਾ ਨਹੀਂ। ਤੇ ਪਿਆਰਿਓ ਕਹਿੰਦੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੈਨੂੰ ਬਖਸ਼ਿਆ। ਕਹਿੰਦੇ ਜਦੋਂ ਇਹ ਆਵਾਜ਼ ਮਾਰੀ ਨਾ ਜੀ ਇਤਿਹਾਸ ਲਿਖਦਾ ਹੈ ਕਹਿੰਦੇ ਉਦੋਂ ਹੀ ਨੇਤਰ ਬਾਬਾ ਜੀ ਦੇ ਬੰਦ ਹੋ ਗਏ, ਉਦੋਂ ਹੀ ਸਰੀਰ ਛੱਡ ਗਏ ਸਨ। ਇੰਨਾ ਪਿਆਰ ਇੰਨੀ ਭਾਵਨਾ ਜ਼ਿੰਦਗੀ ਵਿੱਚ ਕਿਸੇ ਦੀ ਦੇਖੀ ਨਹੀਂ। ਪਿਆਰ ਦੀ ਮਿਸਾਲ ਸਨ ਬਾਬਾ ਬੁੱਢਾ ਜੀ ਤੇ ਫਿਰ ਉਹਨਾਂ ਦਾ ਸੰਸਕਾਰ ਛੇਵੇਂ ਪਾਤਸ਼ਾਹ ਜੀਆਂ ਨੇ ਆਪਣੇ ਹੱਥੀਂ ਕੀਤਾ। ਬਾਬਾ ਸ੍ਰੀ ਚੰਦ ਜੀ ਮਹਾਰਾਜ ਤੇ ਅਨੇਕਾਂ ਹੋਰ ਗੁਰਸਿੱਖ ਭਾਈ ਗੁਰੂ ਨਾਨਕ ਜੀ ਹੋਰ ਅਨੇਕਾਂ ਗੁਰਸਿੱਖ ਸਨ ਜਿਨ੍ਹਾਂ ਨੇ ਰਲ ਕੇ ਬਾਬਾ ਬੁੱਢਾ ਜੀਆਂ ਦੀ ਅਰਥੀ ਨੂੰ ਮੁੰਡਾ ਲਾਇਆ ਤੇ ਆਪਣੇ ਹੱਥੀਂ ਸੰਸਕਾਰ ਕੀਤਾ। ਇਸ ਕਰਕੇ ਪਿਆਰਿਓ
ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜੋਤ ਇੰਨਾ ਰਲਦੀ ਹੈ ਜੀ ਕਿ ਜਿਹਦਾ ਜਿਸ ਗੁਰੂ ਨਾਲ ਬੰਦਾ ਜੁੜੇ ਉਹਦਾ ਬਣ ਕੇ ਰਹਿ ਜਾਵੇ। ਤੇ ਆਹ ਹੁਣ ਸਮਾਂ ਸਾਡਾ ਸਮਾਪਤ ਹੋ ਗਿਆ ਹੈ, ਪਰ ਜਦੋਂ ਇੰਨਾ ਇਕਾਗਰਤਾ ਦੇ ਨਾਲ ਸੁਣਦੇ ਹਾਂ ਨਾ ਜੀ, ਫਿਰ ਦਿਲ ਕਰਦਾ ਰਹਿੰਦਾ ਹੈ ਕਿ ਥੋੜ੍ਹਾ ਸਮਾਂ ਹੋਰ ਲਾਈਏ, ਥੋੜ੍ਹਾ ਸਮਾਂ ਹੋਰ ਵਿਚਾਰ ਹੋਵੇ। ਪਰ ਗਰਮੀ ਜ਼ਿਆਦਾ ਹੈ ਜੀ, ਇਸ ਕਰਕੇ ਆਓ ਸਮੇਂ ਦੀ ਹੁਣ ਇੱਥੇ ਹੀ ਸਮਾਪਤੀ ਕਰ ਦੇਣੀ ਹੈ। ਅਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦਾ ਜਾਪ, ਉਸ ਤੋਂ ਉਪਰੰਤ ਅਰਦਾਸ ਬੇਨਤੀ ਹੋਣੀ ਹੈ, ਅਤੇ ਫਿਰ ਜਿਵੇਂ ਵੀ ਪਰਿਵਾਰ ਦਾ ਹੁਕਮ ਹੋਣਾ ਹੈ ਆਪ ਜੀਆਂ ਦੇ ਨਾਲ ਪ੍ਰੋਗਰਾਮ ਲਿਖਿਆ ਜਾਵੇਗਾ ਜੀ। ਆਓ ਅਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦਾ ਜਾਪ ਪਿਆਰ ਦੇ ਨਾਲ ਸਰਵ ਕਰ ਸ਼ਬਦ ਦਾ ਕੀਰਤਨ ਹੋਰ, ਕਿਉਂਕਿ ਕੋਈ ਗੁਰ ਖਾ ਜੀਵਾ ਜੀ ਬਿਸ
ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮੇ ਸੀਤ ਤੇ ਜੀ ਬੰਦ ਬੰਦ ਕਟਾਏ, ਟੋਬਰੀਆਂ ਲੋਹੀਆਂ ਚਰਕਣੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਸੰਗ ਨਵਾਈ, ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਤੁਮੇ ਸਰਬੱਤ ਖਾਲਸਾ ਜੀ ਕਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਬੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਜਿਤਾ ਵੈ ਜਿਤਾ ਪਿਤਾ ਸਰਦਾ ਸਭ ਸੁਖ ਵੈ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਜਿਤਾ ਰਿਹਾ ਤੇ ਫਤਿਹ ਬਦ ਕੇ ਬਾਲ ਪੰਨ ਕੇ ਦੇਵ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੀ ਕੁਰਬਾਨੀ ਕਰੋ ਜੀ ਵਾਹਿਗੁਰੂ ਵਾਹਿਗੁਰੂ। ਆਪ ਜੀ ਦੇ ਸਿਕਾਂ ਸਿੱਖੀ ਦਾਨ ਦੇ ਇਸ ਦਾ ਕਰਤਾ ਕਰਤਾਂ ਸਾਹਿਬਾ ਰੁਸਾਲਾ ਦਾ ਸਰਨਾਮ ਆਪਦਾ ਸ੍ਰੀ ਅਮਰਤੁ ਸਾਰ ਸਾਜੀ ਕੇ ਦਸਵੇਂ ਸਲਾਮ ਚੌਕੀਆਂ ਜਿਹੜੇ ਕੁਕੇ ਦੂਗੋ ਜੁਗੇ ਕਾਲ ਸਰਬਕਾ ਜੈ ਕਾਲ ਹੋਏ ਜੀ ਧਿਆਨ ਕਰਕੇ ਕਾਲ ਸਾਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮੰਗਵਾ ਮਤ ਜੀ ਮਤ ਪਤ ਕੇ ਲਾਗੇ ਆਪ ਕਾਲ ਵਾਹਿਗੁਰੂ ਜੀ ਤੇ ਕਾਲ ਜੁਗ ਆਪਣੇ ਮੰਤ ਦੇ ਸਦਾ ਸਹਾਈ ਕਰਤਾ ਜੀ ਹੋ ਸ੍ਰੀ ਗੁਰਦਾਨ ਸਾਹਿਬ ਤੇ ਹੋਰ ਗੁਰਦੁਆਰੇ ਗੁਰਦਾਮਾ ਹੋ ਜਿਨ੍ਹਾਂ ਤੋਂ ਬਾਅਦ ਸਰਪੰਚ ਨੂੰ ਛੋੜਿਆ ਗਿਆ ਹੈ ਬੁਲੇ ਦਰਸ਼ਨ ਦੀਦਾਰ ਤੇ ਸੇਵਾ ਸਮਾਨ ਦਾ ਨਾਮ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਤੇ ਨਵਾਣਿਆਂ ਦੀ ਮਾਣ ਨਿਤਾਣਿਆਂ ਦੀ ਤਾਣ ਤੇ ਉੱਡਿਆਂ ਦੀ ਰੋਟ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਗੁਰਦਾ ਜੀਓ ਧੰਨ ਧੰਨ ਸਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਐਸ ਵਰਿਆ ਦੀ ਬੇਹਦੂ ਪਾਪ ਅਮਰਤ ਚੜ੍ਹ ਕਰੋ।
ਜੀਓ ਇਹਾ ਜੀ ਨੇ ਲਿਖਿਆ ਇਹਾ ਗੁਰੂ ਕਮਾਏ ਤਲਿਆ ਜਨਾਂ ਦਾ ਸਦੇ ਉੱਠੀ ਜਾਏ ਦੇ ਮਾਮਾ ਕਮ ਸਾਹ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਬਾਰ ਦੇ ਸੇਵਾ ਦਾ ਪੈਸਾ ਭਾਈ ਪੰਦਰਾਂ ਦੀ ਜਨਾਬ ਜੁਨੀ ਗੁਆ ਜੀ ਨੇ ਸਵਾਸਾਂ ਦੀ ਪੂਰੀ ਬਖਸ਼ਿਸ਼ ਕੀਤੀ ਸੀ ਭੋਗਦਿਆਂ ਹੋਇਆਂ ਇਸ ਮਾਤ ਲੋਕ ਦੇ ਸੰਸਾਰ ਦੀ ਯਾਤਰਾ ਨੂੰ ਪੂਰਾ ਕਰਦਿਆਂ ਹੋਇਆਂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਜਾਗ ਰਾਜੇ ਨੇ ਦੇ ਕਈ ਰੋਜ਼ ਪਹਿਲਾਂ ਅਕਾਲ ਚਲਾਣਾ ਕਰ ਗਿਆ ਸਨ ਜੀ ਜਨਾਬ ਦੇ ਜਨਮ ਤੋਂ ਜਨਾਬ ਦੇ ਸ਼ੁਰੂ ਪਰਿਵਾਰ ਤੋਂ ਜਨਾਬ ਦੀ ਆਤਮ ਸ਼ਾਂਤੀ ਦੇ ਵਾਸਤੇ ਆਪ ਜੀ ਦਾ ਆਸਰਾ ਲੈਂਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਨੇ ਜਾਤ ਪਾਵਨ ਪਵਿੱਤਰ ਸਥਾਨ ਕੇ ਪ੍ਰਗਟ ਕਰਵਾਏ ਸਨ ਜੀ ਆਪ ਜੀ ਦੀ ਅਪਾਰ ਰਹਿਤ ਬਖਸ਼ਿਸ਼ ਹੋਈ ਹੈ ਜੀ ਪਾਠਾਂ ਦੇ ਸੰਪੂਰਨਤਾ ਸਤਿ ਜੀਓ ਆਪ ਜੀ ਦੀ ਬਾਣੀ ਪੜ੍ਹਦਿਆਂ ਕੋਲੋਂ ਪਰਿਵਾਰ ਕੋਲੋਂ ਆਪ ਜੀ ਦੀ ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਜੀ ਆਪ ਜੀ ਨੇ ਜਾਣ ਵਿੱਚ ਸਮਝ ਕੇ ਮਾਫ਼ ਕਰਨਾ ਸਤਿ ਜੀਓ ਸਮੂਹ ਪਰਿਵਾਰ ਕੋਲੋਂ ਆਪ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਦੀ ਭੇਟ ਕੀਤੇ ਗਏ ਨੇ ਆਪ ਜੀ ਨੇ ਕੀ ਕਾਰਜ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਪੜ੍ਹਦੇ ਗੱਦੀ ਰੱਖਣੇ ਸਤਿ ਜੀਓ ਆਪ ਜੀ ਨੇ ਕਿਰਪਾ ਕਰਨੀ ਪਿਛਲੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਦੀ ਆਵਾ ਗੁਣ ਦੇ ਜ਼ਿਕਰਾਂ ਤੋਂ ਬਚਾਉਣਾ ਹਮੇਸ਼ਾ ਵਾਸਤੇ ਆਪਣੇ ਚਰਨਾਂ ਦੇ ਨਾਲ ਅਭੇਦ ਕਰ ਲੈਣਾ ਜੀ ਆਪ ਜੀ ਦੇ ਸਿੱਖ ਵਾਸਤੇ ਪੰਚਮ ਤਖੜਾ ਪ੍ਰਸਾਦ ਦੀ ਦੇਗ ਤਥਾ ਕੂੜੇ ਲੰਗਰ ਸਜਾ ਕੇ ਹਾਜ਼ਰ ਕੀਤੇ ਨੇ ਜੀ ਆਪ ਜੀ ਦੇ ਦਰ ਦੀ ਪ੍ਰਵਾਹ ਹੋਣ ਇਸ ਵੇਲੇ ਆਪ ਦੀ ਗੁਰੂ ਕਿਰਪਾ ਦੀ ਅਜਾ ਹੋਇਆ ਸੰਗਤਾਂ ਨੂੰ ਪਾਵਨ ਪਵਿੱਤਰ ਲਾਈ ਸ੍ਰੀ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਨਿਹਾਲ ਕਰੋ ਸਹੀ ਮਿੱਤਰ ਪਿਆਰੇ ਨੇ ਲੋ ਜਿਨ੍ਹਾਂ ਆਪਣੇ ਆਪ ਦੀ ਰੱਬ ਪਵਿੱਤਰ ਨਾਮ ਸਾਧਨਾ ਵਾਹਿਗੁਰੂ ਚੇਤਾ ਕਰੀ ਰਾਮ ਨਾਮ ਕਰਦੀ ਕਲਾ ਕਿਰਪਾ ਨੇ ਸਵਤ ਦਾ ਆਣ ਪੜਿਆ
ਸਾਰੇ ਮਿੱਤਰ ਸੱਜਣ ਜਿੰਨੇ ਵੀ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ।
ਮੈਂ ਤਾਂ ਹੁਣ ਚੋਰੀ ਸਾਹਿਬ ਦੱਸ ਕੇ ਗਿਆ ਅਤੇ ਉਹ ਨੌਕਰੀ ਕੀਤੀ, ਬਹੁਤ ਇਮਾਨਦਾਰ ਸੀਗੇ। ਮੇਰਾ ਵੀ ਕਾਫੀ ਸਾਲਾਂ ਤੋਂ ਇਸ ਪਰਿਵਾਰ ਦੇ ਨਾਲ ਬੜਾ ਸੰਬੰਧ ਹੈ। ਜੋ ਵੀ ਚੌਰੀ ਸਾਹਿਬ ਦੇ ਜਿੰਨੇ ਵੀ ਰਿਸ਼ਤੇਦਾਰ ਹੈ, ਹਰ ਪਰਿਵਾਰ ਦੇ ਵਿੱਚ ਮੇਰਾ ਆਉਣ ਜਾਣਾ ਹੈ। ਮੈਂ ਹੁਣ ਬੇਨਤੀ ਕਰੂੰਗਾ ਸਾਡੇ ਸੁਰਜੀਤ ਸਿੰਘ ਜੀ ਸੋਤਾ, ਜੋ ਕਿ ਸਾਡੇ ਕਾਂਗਰਸ ਦੇ ਨਵਾਂ ਸ਼ਹਿਰ ਤੋਂ ਕਾਂਗਰਸ ਦੇ ਲੀਡਰ ਹਨ, ਉਹਨਾਂ ਨੂੰ ਬੇਨਤੀ ਕਰੂੰਗਾ, ਉਹ ਵੀ ਪਰਿਵਾਰ ਦੇ ਕਿਸਮ ਮੈਂਬਰ ਹੈ, ਉਹ ਆਪਣੇ ਵਿਚਾਰ ਪੇਸ਼ ਕਰਨ। ਸੁਰਜੀਤ ਸਿੰਘ ਜੀ ਸੋਤਾ, ਇਸ ਪਵਿੱਤਰ ਧਰਤੀ 'ਤੇ ਅੱਜ ਅਸੀਂ ਚੌਧਰੀ ਭਗਤ ਰਾਮ ਜੀ, ਜਿਨ੍ਹਾਂ ਨੇ ਜ਼ਿੰਦਗੀ ਨੂੰ, ਜੋ ਪਰਮਾਤਮਾ ਨੇ ਉਹਨਾਂ ਨੂੰ ਸਵਾਸ ਬਖਸ਼ੇ ਸੀਗੇ, ਪਰ ਜੋ ਅਸੀਂ ਇੱਥੇ ਜ਼ਿੰਦਗੀ ਦੇ ਵਿੱਚ ਕਰਮ ਕਰਨ ਆਉਂਦੇ ਹਾਂ, ਉਹਨਾਂ ਨੂੰ ਜ਼ਿੰਦਗੀ ਦੇ ਸਵਾਸਾਂ ਨੂੰ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੂੰ ਸਵਾਸਾਂ ਨੂੰ ਵਰਤਿਆ ਜ਼ਿੰਦਗੀ ਦੇ ਵਿੱਚ, ਅੱਜ ਇੱਦਾਂ ਦੀਆਂ ਮਿਸਾਲਾਂ ਬਹੁਤ ਘੱਟ ਮਿਲਦੀਆਂ। ਅਸੀਂ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਜਦੋਂ ਚੱਲਦੇ ਹਾਂ ਤਾਂ ਬਹੁਤ ਸਾਰੀਆਂ ਸਮਾਜਿਕ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ, ਉਹਨਾਂ ਤੋਂ ਕਈ ਵਾਰੀ ਅਸੀਂ ਖਿੜਕ ਜਾਂਦੇ ਹਾਂ। ਇਸ ਜ਼ਿੰਦਗੀ ਨੂੰ ਚਲਾਉਣ ਲਈ ਇੱਕ ਜੋ ਕੁਛ ਚਾਹੀਦਾ ਹੈ, ਜ਼ਿੰਦਗੀ ਦੀ ਰੋਜ਼ਮਰਾ ਜਿਹੜਾ, ਉਹਦੇ ਲਈ ਸਾਨੂੰ ਕਿਰਤ ਕਰਨੀ ਆ। ਗੁਰੂ ਨਾਨਕ ਜੀ ਨੇ ਇਹ ਫਲਸਫਾ ਦਿੱਤਾ, ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ। ਸੋ ਉਸ ਫਲਸਫੇ ਨੂੰ ਮੈਂ ਸਮਝਦਾ ਕਿ ਬਈ ਜ਼ਿੰਦਗੀ ਦੇ ਵਿੱਚ ਜੇ ਕਰਮ ਕਰਨ ਲਈ ਤੁਹਾਨੂੰ ਭੇਜਿਆ ਤਾਂ ਉਹ ਚੰਗੇ ਕਰਮ ਕਰੋਗੇ ਤਾਂ ਤੁਹਾਡਾ ਨਾਮ ਆਉਣਾ ਆ। ਤਾਂ ਬਹੁਤ ਸਾਰੀ ਦੁਨੀਆ ਆਉਂਦੀ ਆ ਅਤੇ ਜਾਂਦੀ ਹੈ, ਚਲੇ ਜਾਂਦੀ ਹੈ। ਸੋ ਜੇ ਚੌਧਰੀ ਸਾਹਿਬ ਦਾ ਨਾਮ ਲਿਆ ਜਾਂਦਾ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਨਿਰਵਾਹ ਕਰਨ ਲਈ ਕੰਮ ਕਰਨਾ ਸੀ, ਕਿਰਤ ਕਰਨ ਦੇ ਵਜੋਂ ਉਹਨਾਂ ਨੇ ਇਸ ਮਹਿਕਮੇ ਦੇ ਵਿੱਚ ਜਿਹੜਾ ਅੱਜ ਸਮਝਿਆ ਜਾਂਦਾ ਕਿ ਅੱਜ ਕੁਤਾਹੀ ਬਹੁਤ ਸਾਰੀ ਸਾਰੇ ਮਹਿਕਮਿਆਂ ਦੇ ਵਿੱਚ ਆ, ਲੇਕਿਨ ਇਸ ਮਹਿਕਮੇ ਦੇ ਵਿੱਚ ਆਪਣੇ ਆਪ ਨੂੰ ਇੱਕ ਸਾਫ਼ ਸੁਥਰਾ ਰੱਖਣਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ। ਸੋ ਇਸ ਇਹਦੇ ਵਿੱਚੋਂ ਆਪਣੇ ਆਪ ਨੂੰ ਪਾਕ ਅਤੇ ਸਾਫ਼ ਰੱਖਣਾ, ਉਸ ਉਹਦੇ ਵਿੱਚ ਵੀ ਇਹਨਾਂ ਨੇ ਆਪਣਾ ਜਿਹੜਾ ਜ਼ਿੰਦਗੀ ਦਾ ਨਿਯਮ ਨਿਭਾਇਆ। ਸੋ ਮੈਂ ਸਮਝਦਾ ਕਿ ਵੀ ਇਹਨਾਂ ਦਾ ਚਾਨਣ ਮਨਾਰਾ ਹੈ ਸਾਡੇ ਲਈ। ਅੱਜ ਬਹੁਤ ਕੁਛ ਅਸੀਂ ਛਿੜਕ ਗਏ ਹਾਂ ਸਮਾਜਿਕ ਕੰਮ ਰਿਸ਼ਤਿਆਂ ਦੇ ਵਿੱਚ। ਸੋ ਲੇਕਿਨ ਇੱਕ ਬਹੁਤ ਵੱਡੀ ਗੱਲ ਆ, ਸਾਡੇ ਕੋਲ ਤਾਂ ਆਉਂਦੇ ਜਾਂਦੇ ਰਹਿੰਦੇ ਸੀਗੇ, ਬਜ਼ੁਰਗ ਆਸ਼ੀਰਵਾਦ ਦਿੰਦੇ ਸੀਗੇ, ਬਹੁਤ ਸਾਰੀਆਂ ਗੱਲਾਂ ਬਾਤਾਂ ਇਹਨਾਂ ਕੋਲੋਂ ਸਾਨੂੰ ਸਮਝਣ ਦੀਆਂ, ਜ਼ਿੰਦਗੀ ਦੇ ਵਿੱਚ ਵਿਚਰਨ ਲਈ ਇਹ ਸਾਨੂੰ ਗੱਲਾਂ ਇਹਨਾਂ ਕੋਲੋਂ ਸਿੱਖੀਆਂ। ਅਸੀਂ ਸਾਡੇ ਕੋਲ ਵੀ ਆ ਕੇ ਬੈਠਦੇ ਸੀਗੇ ਅਤੇ ਆਪਣੀ ਜਿਹੜੀ ਇਮਾਨਦਾਰੀ ਵਾਲੀ ਆ, ਸੱਚੀ ਅਤੇ ਨੇਕ ਨੀਤੀ ਵਾਲੀ ਜਿਹੜੀ, ਉਹਦੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਂਦੇ ਸੀ ਵੀ ਜ਼ਿੰਦਗੀ ਦੇ ਪੰਥ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ, ਲੇਕਿਨ ਤੁਸੀਂ ਉਹਦੇ ਲਈ ਨਿਰਧਾਰਿਤ ਹੋ ਕੇ ਤੁਹਾਨੂੰ ਤੁਰਨਾ ਚਾਹੀਦਾ। ਬਹੁਤ ਸਾਰੇ ਇੱਦਾਂ ਦੇ ਜ਼ਿੰਦਗੀ ਦੇ ਵਿੱਚ ਮੁਕਾਮ, ਕਈ ਵਾਰੀ ਉਤਰਾਈਆਂ ਚੜ੍ਹਾਈਆਂ ਤੁਸੀਂ ਦੇਖਦੇ ਹੋ, ਲੇਕਿਨ ਉਹਨਾਂ ਦੇ ਵਿੱਚ ਤੁਹਾਨੂੰ ਥਿੜਕਣਾ ਨਹੀਂ ਚਾਹੀਦਾ, ਧੜਕਣਾ ਨਹੀਂ ਚਾਹੀਦਾ। ਤੁਸੀਂ ਆਪਣੇ ਪੰਥ 'ਤੇ ਜਿਸ ਨੇਕ ਨੀਤੀ ਨਾਲ ਚੱਲਣਾ ਹੈ ਉਹ ਤੁਹਾਨੂੰ ਆਪਣੇ ਆਪ ਪੰਥ 'ਤੇ ਚੱਲਣਾ ਚਾਹੀਦਾ। ਸੋ ਇਹਨਾਂ ਕੋਲੋਂ ਬਜ਼ੁਰਗਾਂ ਨੇ ਇਸ 'ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਅਤੇ ਮੈਂ ਸਮਝਦਾ ਕਿ ਸਾਡੇ ਲਈ ਅੱਜ ਦੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਜੋ ਕੁਛ ਅੱਜ ਵਿਚਰ ਰਿਹਾ, ਸਾਨੂੰ ਆਪਣੇ ਆਪ ਨੂੰ ਇਹ ਗੱਲ ਜ਼ਰੂਰ, ਕਿਉਂਕਿ ਆਹ ਸਮਾਂ ਜਿਹੜਾ ਆ ਉਹ ਬੜਾ ਹੋਰ ਤਰ੍ਹਾਂ ਦਾ ਚੱਲ ਰਿਹਾ। ਸਾਡੀ ਜਨਰੇਸ਼ਨ ਜਿਹੜੀ ਆ ਉਹ ਅੱਗੇ ਦੀ ਅੱਗੇ ਕਿਸੇ ਹੋਰ ਪਾਸੇ ਨੂੰ ਤੁਰੀ ਆ, ਉਹਦੇ ਵਿੱਚ ਮੈਂ ਸਮਝਦਾ ਉਹ ਨਹੀਂ, ਅਸੀਂ ਜੋ ਕੁਛ ਐਜੂਕੇਸ਼ਨ ਉਹਨਾਂ ਦਿੱਤੀ ਆ ਜਾਂ ਅਸੀਂ ਉਹਨਾਂ ਨੂੰ ਐਟਮੋਸਫੇਅਰ ਦਿੱਤਾ
ਜੇ ਸਾਡੇ ਬਜ਼ੁਰਗਾਂ ਨੇ ਸਾਨੂੰ ਐਟਮੋਸਫੇਅਰ ਇੱਦਾਂ ਦਾ ਦਿੱਤਾ ਸੀਗਾ ਕਿ ਅਸੀਂ ਨੇਕ ਨੀਤੀ ਨਾਲ ਉਸੇ 'ਤੇ ਚੱਲਣਾ ਤਾਂ ਅਸੀਂ ਉਹਦੇ 'ਤੇ ਚੱਲੇ ਹਾਂ, ਜੇ ਅਸੀਂ ਆਪਣੇ ਬੱਚਿਆਂ ਨੂੰ ਜਿੱਦਾਂ ਦਾ ਕੁਛ ਸਿਖਾਵਾਂਗੇ ਤਾਂ ਅੱਗੇ ਬੱਚਿਆਂ ਨੇ ਉਸੇ ਤਰ੍ਹਾਂ ਦਾ ਚੱਲਣਾ। ਸੋ ਮੈਂ ਮੇਰੀ ਤਾਂ ਸ਼ਰਧਾ ਦੇ ਫੁੱਲ ਇਹੀ ਭੇਟ ਕਰਦਾ ਕਿ ਵੀ ਸਾਨੂੰ ਵੀ ਇਹ ਸਮਰਥ ਬਖਸ਼ ਪਰਮਾਤਮਾ, ਸਾਨੂੰ ਸਮਰਥ ਬਖਸ਼ੇ ਕਿ ਵੀ ਅਸੀਂ ਵੀ ਇਸ ਤਰ੍ਹਾਂ ਦੇ ਕੰਮ ਕਰੀਏ। ਸੋ ਜਿਹੜੀ ਅਗਲੀ ਜਨਰੇਸ਼ਨ ਜਿਹੜੀ ਹੈ ਸਾਨੂੰ ਯਾਦ ਕਰੇ, ਸੋ ਅਸੀਂ ਇੱਕ ਚੰਗਾ ਸਮਾਜ ਸਿਰਜ ਕੇ ਜਾਈਏ ਜਿਹੜੇ ਬਜ਼ੁਰਗ ਇਹਨਾਂ ਨੇ ਕੀਤਾ। ਸੋ ਮੈਂ ਆਪਣੇ ਬਜ਼ੁਰਗ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਆਸ ਕਰਦਾ ਕਿ ਜਿਸ ਤਰ੍ਹਾਂ ਇਹਨਾਂ ਦੇ ਦੋਵੇਂ ਬੱਚੇ ਚਰਨਜੀਤ ਅਤੇ ਸੁਰਿੰਦਰ ਹੋਣੀ ਹੈਗੇ ਆ, ਉਹ ਵੀ ਬੜੇ ਨੇਕ ਤਰੀਕੇ ਨਾਲ ਸਮਾਜ ਦੇ ਵਿੱਚ ਵਿਚਰਦੇ ਆ, ਇਸੇ ਤਰ੍ਹਾਂ ਵਿਚਰਦੇ ਰਹਿਣ ਅਤੇ ਇਹਨਾਂ ਦੀ ਤੰਦਰੁਸਤੀ ਬਣੀ ਰਹੇ ਔਰ ਪਰਮਾਤਮਾ ਇਹਨਾਂ 'ਤੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆਖਰੀ ਅਸਮਾਂ ਹੋ ਗਏ ਪਿਛਲੇ ਇਕੱਠੇ ਹੋਏ ਹਾਂ ਸਾਡੇ ਡਿਪਾਰਟਮੈਂਟ ਰਹੇ ਜੀ ਚਰਨਜੀਤ ਹੋਣੀ ਵੀ ਸਾਡੇ ਨਾਲ ਬਹੁਤ ਪਹਿਲਾਂ ਤੋਂ ਪੜ੍ਹਨ ਵੇਲੇ ਤੋਂ ਲੈ ਕੇ ਸਾਡੇ ਨਾਲ ਅਸੀਂ ਉਹਨਾਂ ਨਾਲ ਜੁੜੇ ਰਹੇ। ਬਾਬੂ ਜੀ ਨੇ ਸਾਡੇ ਮਹਿਕਮੇ 'ਚ ਰਹੇ, ਅਸੀਂ ਜਿੱਥੇ ਵੀ ਕਿਤੇ ਰਹੇ ਜਿੱਥੇ ਵੀ ਉਹ ਕਿਤੇ ਪਹਿਲਾਂ ਰਹੇ ਜਿਹੜੇ ਜਿਹੜੇ ਜ਼ਿਲ੍ਹਿਆਂ 'ਚ ਅਸੀਂ ਉਹਨਾਂ ਦੇ ਜਿਹੜੇ ਕੰਮ ਉਹਨਾਂ ਨੇ ਅੱਛੇ ਉੱਥੇ ਕੀਤੇ, ਅੱਛੇ ਲੋਕਾਂ ਨਾਲ ਜਿਹੜਾ ਉਹਨਾਂ ਨੇ ਵਣਜ ਵਿਹਾਰ ਕੀਤਾ ਉਹਦੇ ਲਈ ਅਸੀਂ ਉਹਨਾਂ ਦੇ ਅੱਛੀਆਂ ਗੱਲਾਂ ਉਹਨਾਂ ਦੀ ਸੋਭਤ ਅਸੀਂ ਸੁਣਦੇ ਰਹੇ ਅਤੇ ਸਾਨੂੰ ਵੀ ਸੁਣ ਕੇ ਬਹੁਤ ਫਖਰ ਮਹਿਸੂਸ ਹੁੰਦਾ ਸੀ ਕਿ ਬਾਬੂ ਜੀ ਜਿਹੜੇ ਜਿਹੜੇ ਵੀ ਜ਼ਿਲ੍ਹਿਆਂ 'ਚ ਰਹੇ ਜਿੱਥੇ ਵੀ ਰਹੇ ਉੱਥੇ ਉਹਨਾਂ ਨੇ ਆਪਣੀਆਂ ਪੈੜਾਂ ਛੱਡੀਆਂ। ਬਾਕੀ ਉਹਨਾਂ ਦਾ ਪਰਿਵਾਰ ਮੇਰੇ ਤੋਂ ਪਹਿਲਾਂ ਸਾਰੇ ਜਿੰਨੇ ਵੀ ਲੀਡਰ ਸਾਹਿਬਾਨ ਸਮਾਜ ਦੇ ਪਤਾਤੇ ਵਿਅਕਤੀ ਜਿਨ੍ਹਾਂ ਨੇ ਵੀ ਆਪਣੇ ਉਹਨਾਂ ਦੇ ਨਾਲ ਜੋ ਵੀ ਪੱਤ ਲਾਏ ਉਹਨਾਂ ਦੇ ਬਾਰੇ ਜੋ ਵੀ ਦੱਸਿਆ ਮੇਰੇ ਤੋਂ ਕਿਤੇ ਵੱਲ ਸਿਆਣੇ ਮੇਰੇ ਤੋਂ